रहमान रहीम अस्सलाम वालेकुम। तो नाज़रीन गंदम की कटाई तो गहाई आपदे रूज ते बल्कि हुण तां 50% जिहड़ी गंदम आ ना उह कट्टी जा चुकी है। इस सिलसिले दे विच तुसीं देख लो कि सामने किसान इन्नी सख्त धुप दे विच इन्नी सख्त गर्मी दे विच साढ़े वास्ते दिन रात काम करदा। इहने 15,000 नूं DAP, 5500 रुपये की यूरिया, 300 रुपये एक लीटर डीजल और 50 से 60 हज़ार आम नॉर्मल ठेका और 1,20,000 फी एकड़ जिहड़ा भारा ठेका वह इन्हां ने लिया होया सी। ते गंदम दी जिहड़ी साडी फसल आ ओह पासको तां किसे हद तक कुछ खरीद ही रहा, लेकिन सूबियां ने जिहड़ा सलूक कीता ना साडे नाल ओह बिल्कुल उहदी मिसाल तारीख दे विच नहीं मिलदी। साडी जिहड़ी गंदम 5,000 ते विकणी चाहीदी सी ना, ਉਹ ਅੱਜ ਸਾਡੀ 2,400-2,500 ਰੁਪਈਏ 'ਤੇ ਹੈਗੀ ਹੈ। ਇਸੇ ਸਿਲਸਿਲੇ ਦੇ ਵਿੱਚ ਅੱਜ ਕਿਸਾਨ ਮੇਰੇ ਸਾਹਮਣੇ ਮੌਜੂਦ ਆ, ਇਹਨਾਂ ਨਾਲ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿ ਇਹਨਾਂ ਦਾ ਕੀ ਨੁਕਤਾ ਨਜ਼ਰ ਆ ਅਤੇ ਬਾਜ਼ਾਰ ਦੇ ਵਿੱਚ ਕਣਕ ਦਾ ਕੀ ਰੇਟ ਆ ਅਤੇ ਇਹਨਾਂ ਨੂੰ ਇਸ ਵਕਤ ਕੀ ਤੰਗੀ ਤਕਲੀਫ ਆ ਔਰ ਆਪਦੀ ਆਰਜ਼ੂ ਕਿੱਦਾਂ ਦੀ ਅੱਜ ਕਰਨਾ ਚਾਹੁੰਦੇ। ਅਸਲਾਮ ਅਲੈਕਮ ਜੀ। ਵਾਲੇਕੁਮ, ਕੀ ਹਾਲ ਆ ਜੀ? ਠੀਕ ਹੋ? ਅਲਹਮਦੁਲਿਲਾ ਦੁਆਵਾਂ ਜੀ। ਅਤੇ ਗੰਦਮ ਗਹਾਲੀ ਆ? ਹਾਂਜੀ ਬਿਲਕੁਲ ਜੀ। ਅਤੇ ਕੀ ਤੁਹਾਡਾ ਨੁਕਤਾ ਨਜ਼ਰ ਆ? ਸਾਡਾ ਨੁਕਤਾ ਇਹ ਆ ਰਿਹਾ ਜੀ, ਹੁਣ ਦੇਖੋ DAP ਦੀ ਬੋਰੀ 15,000 ਦੀ ਆ। ਅਸੀਂ ਇੰਨੀਆਂ ਮਹਿੰਗੀਆਂ ਖਾਦਾਂ ਪਾਈਆਂ, ਬਹਾਈਆਂ ਕਰਾਈਆਂ, ਦਿਨ ਰਾਤ ਮਿਹਨਤਾਂ ਕੀਤੀਆਂ, ਖਰਚੇ ਕੀਤੇ, ਹੁਣ ਇੱਦਾਂ ਦੀ ਕਣਕ ਅਸੀਂ ਕਿੱਥੇ ਲਿਜਾਣੀ ਆ? ਹੁਣ 2,500 ਦੇ ਕਣਕਾਂ ਰਲਾਉਂਦੀਆਂ ਵਾ, ਖਰਚੇ ਸਾਡੇ ਕਿੱਲੇ ਤੇ 50,000 ਰੁਪਇਆ ਹੋਇਆ। ਠੀਕ ਆ, ਹੁਣ ਸਾਡੀ ਮਿਹਨਤ ਕੀ ਪੱਲੇ ਪਈ ਆ ਸਾਡੇ, ਦੱਸੋ ਸਾਨੂੰ ਕਿੱਧਰ ਨੂੰ ਜਾਈਏ ਅਸੀਂ? ਤੇ ਨਾਲੇ ਇਹਤਜਾਜ ਕਰ ਰਹੇ ਹਾਂ। ਹਾਂਜੀ, ਤੇ ਫੇਰ ਕੋਈ ਇਹਤਜਾਜ ਕਰਨ ਨਾਲ ਕੁਛ ਨੀ, ਕੋਈ ਗੱਲ ਬਣਦੀ? ਕੋਈ ਪਾਰਟੀਆਂ ਨੀ ਬਹਿਣਦੀਆਂ ਜੀ, ਕੀ ਕਰੋ ਇੱਥੇ? ਅੱਛਾ, ਕੋਈ ਅਜਲਾਸ ਜਾ ਕੇ ਕਹੋ ਜੀ ਇੱਦਾਂ ਵਾ ਇੱਦਾਂ ਵਾ, ਹਕੂਮਤਾਂ ਨੀ ਕੁਛ ਕਰਨ ਦੀਆਂ, ਧਰਨੇ ਨੀ ਟੁੱਟਣ ਦੇ, ਕਿੱਧਰ ਨੂੰ ਬੰਦਾ ਜਾਵੇ? ਤੇ ਨਾਲੇ ਤੁਸੀਂ ਬਾਰਦਾਨੇ ਵਾਸਤੇ ਦਰਖਾਸਤਾਂ ਦਿੱਤੀਆਂ ਸੀ, ਉਹਨਾਂ ਦਾ ਕੁਛ ਦਿੱਤੀਆਂ ਸੀ, ਉਹ ਕਹਿੰਦੇ ਜੀ ਅਸੀਂ ਨਹੀਂ ਦੇ ਸਕਦੇ। ਅੱਛਾ, ਹਾਂਜੀ, ਅੱਛਾ। ਲਓ ਜੀ ਨਾਜ਼ਰੀਨ, ਤੁਸੀਂ ਕਿਸਾਨਾਂ ਦੀ ਹੁਣ ਗੱਲ ਸੁਣ ਲਈ ਹੈ, ਹੁਣ ਮੈਂ ਵੀ ਤਫਸੀਲ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਗੱਲ ਇਹ ਆ ਕਿ ਇਨਸ਼ਾਅੱਲਾ ਤਾਲਾ ਆਇੰਦਾ 48 ਘੰਟੇ ਬਹੁਤ ਅਹਿਮ ਆ, ਕਿਉਂ ਜਿਹੜੀਆਂ ਕਿਸਾਨ ਤਨਜ਼ੀਮਾਂ ਉਹਨਾਂ ਨੇ ਸ਼ਹਿਰਾਂ ਦੇ ਸ਼ਹਿਰ ਬੰਦ ਕਰ ਦਿੱਤੇ ਆ। ਅੱਜ ਫੈਸਲਾਬਾਦ ਦੀ ਲੈਲਪੁਰ ਦੀ ਖਬਰ ਤੁਹਾਨੂੰ ਮੈਂ ਦਿੰਦਾ ਕਿ ਉਹਨਾਂ ਦੇ ਮੁਜ਼ਾਕਰਾਤ ਹੋਇਆ, ਵਜ਼ੀਰ ਆਜ਼ਮ ਦਾ ਜਿਹੜਾ ਮਸ਼ੀਰ ਆ ਨਾ ਰਾਣਾ ਸੁਨਾਉਲਾ, ਔਰ ਉਸਨੇ ਇਹ ਅਲਰਟ ਜਾਰੀ ਕੀਤਾ ਕਿ ਆਈਂਦਾ 48 ਘੰਟੇ ਦੇ ਅੰਦਰ ਅੰਦਰ ਦਾਣਾ ਜਿਹੜਾ ਨਾ ਉਹ ਕਿਸਾਨਾਂ ਦੇ ਕੋਲ ਖਰੀਦਿਆ ਜਾਊਗਾ। ਕੁਛ ਦੇਣ ਐਵੇਂ ਨਾ ਘੰਟੇ ਜਾਂ ਤੁਸੀਂ ਇੰਤਜ਼ਾਰ ਕਰੋ, ਇਨਸ਼ਾਅੱਲਾ ਤਾਲਾ ਗੰਦਮ ਦੀ ਮਾਰਕੀਟ ਵੀ ਮੁਸਤਕਮ ਹੋ ਜਾਏਗੀ, ਇਹਦਾ ਰੇਟ ਵੀ ਠੀਕ ਹੋ ਜਾਏਗਾ ਔਰ ਬਾਰਦਾਣਾ ਵੀ ਤੁਹਾਨੂੰ ਮਿਲੇਗਾ। ਇੱਕ ਵਾਰੀ ਫਿਰ ਮੈਂ ਬਾਵਰ ਕਰਾਉਂਦਾ ਜਾਵਾਂ ਕਿ ਇਹਦੇ ਵਿੱਚ ਤੁਸੀਂ ਇਹ ਥੋੜ੍ਹੀ ਜਿਹੀ ਜਲਦਬਾਜ਼ੀ ਤੋਂ ਕੰਮ ਨਾ ਲਵੋ। ਇਨਸ਼ਾਅੱਲਾ ਤਾਲਾ ਤੁਸੀਂ ਅਗਰ ਗੰਦਮ ਕੱਢ ਲਿਆ ਤਾਂ ਉਹਨੂੰ ਕੱਢ ਕੇ ਆਪਣੇ ਘਰ ਸਟੋਰ ਕਰ ਲਓ, ਐਵੇਂ ਚੰਦ ਦਿਨਾਂ ਦੇ ਵਿੱਚ ਹੀ ਖਰੀਦਦਾਰੀ ਦਾ ਅਮਲ ਸ਼ੁਰੂ ਹੋ ਜਾਊਗਾ। ਇੱਕ ਤਾਂ ਮੌਸਮ ਨੇ ਸਾਥ ਨਹੀਂ ਦਿੱਤਾ, ਬਾਰਿਸ਼ਾਂ ਹੁੰਦੀਆਂ ਰਹੀਆਂ, ਕਣਕਾਂ ਗਿੱਲੀਆਂ ਸੀ, ਮੋਇਸਚਰ ਜ਼ਿਆਦਾ ਸੀ, ਮੋਇਸਚਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਕੋਈ ਥੋੜ੍ਹਾ ਜਿਹਾ ਹਕੂਮਤ ਨੂੰ ਵੀ ਕਨਫਿਊਜ਼ਨ ਪੈਦਾ ਹੋਈ ਹੈ। ਜੂੰ ਹੀ ਮੌਸਮ ਠੀਕ ਹੋ ਗਿਆ, ਮੋਇਸਚਰ 9 'ਤੇ ਆ ਗਿਆ ਵਾ, ਅਤੇ ਹੁਣ ਇਨਸ਼ਾਅੱਲਾ ਖਰੀਦਦਾਰੀ ਦਾ ਅਮਲ ਜਿਹੜਾ ਨਾ ਉਹ ਸ਼ੁਰੂ ਹੋ ਜਾਊਗਾ। ਅਤੇ ਇਸੇ ਸਿਲਸਿਲੇ ਦੇ ਵਿੱਚ ਵੇਖ ਲਓ ਜੀ, ਗਹਾਈ ਦਾ ਅਮਲ ਜਾਰੀ ਹੈ, ਇਹ ਬੰਦੇ ਬੈਠੇ ਹੋਏ ਆ, ਕੁਛ ਕਟਾਈ ਵੀ ਹੋ ਰਹੀ ਹੈ ਅਤੇ ਗਹਾਈ ਵੀ ਹੋ ਰਹੀ ਹੈ ਇਨਸ਼ਾਅੱਲਾ ਤਾਲਾ। ਅਤੇ ਅਸੀਂ ਸਾਰੇ ਦੁਆ ਗੋ ਹਾਂ ਕਿ ਅੱਲਾ ਤਾਲਾ ਇਹ ਸਾਡੀ ਇਸ ਗੰਦਮ ਦੀ ਫਸਲ 'ਚ ਬਰਕਤ ਪਾਵੇ। ਸਾਡੀ ਬੜੀ ਐਤਕੀ ਐਵਰੇਜ ਵੀ ਬੜੀ ਅੱਛੀ ਆ ਰਹੀ ਹੈ, ਦਾਣਾ ਵੀ ਬੜਾ ਅੱਛਾ ਵਾ, ਤੁਸੀਂ ਦੇਖੋ ਨਾ ਦਾਣਾ ਵੀ ਮਾਸ਼ਾਅੱਲਾ ਬੜਾ ਅੱਛਾ ਵਾ। ਅਤੇ ਅੱਲਾ ਤਾਲਾ ਇਹਦੇ 'ਚ ਬਰਕਤ ਪਾਵੇ ਔਰ ਸਾਡੇ ਜਿਹੜੇ ਅਰਬਾਬੇ ਇਖਤਿਆਰ ਆ, ਹਕੂਮਤ ਆ, ਅੱਲਾ ਤਾਲਾ ਉਹਨਾਂ ਨੂੰ ਵੀ ਇਹ ਇੱਜ਼ਤ ਔਰ ਅਜ਼ਮਤ ਬਖਸ਼ੇ ਕਿ ਉਹ ਸਾਡੀ ਇੱਜ਼ਤ ਦੇ ਨਾਲ ਕਣ ਖਰੀਦ ਲੈਣ। ਲਓ ਜੀ, ਇਹਦੇ ਨਾਲ ਹੀ ਅਸੀਂ ਨੈਕਸਟ ਵੀਡੀਓ ਤੱਕ ਇਜਾਜ਼ਤ ਚਾਹੁੰਦੇ ਹਾਂ ਜੀ। ਦੁਆਵਾਂ ਯਾਦ ਰੱਖਿਆ ਜੀ, ਅੱਲਾ ਹਾਫਿਜ਼।